ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਤਮਾਨ ਸਮੇਂ ਖਾਲਸਾ ਪੰਥ ਦੀ ਬਹੁਤ ਸਤਿਕਾਰ ਸੰਸਥਾ ਸ਼੍ਰੋਮਣੀ ਅਕਾਲੀ ਦਲ, ਜਿੱਤੇ ਕਦੀ ਸਾਰਾ ਪੰਥ ਮਾਣ ਕਰਦਾ ਸੀ, ਸੰਸਾਰ ਮਾਣ ਕਰਦਾ ਸੀ, ਭਾਰਤ ਦੀ ਆਜ਼ਾਦੀ ਵਿੱਚ ਜਿਹਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਬਦਕਿਸਮਤੀ ਹੈ ਕਿ ਅਕਾਲੀ ਦਲ ਸਮੇਂ 'ਤੇ ਅੱਗੇ ਚੱਲਦਿਆਂ ਕਈ ਹਿੱਸਿਆਂ 'ਚ ਵੰਡਿਆ ਗਿਆ ਅਤੇ ਧੜਿਆਂ ਚਲਾ ਗਿਆ। ਅਸਲੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਬਹੁਤ ਸਮਾਂ ਪਹਿਲਾਂ ਅਸੀਂ ਮਾਰ ਬੈਠੇ ਹੋਏ ਹਾਂ। ਹੁਣ ਤਾਂ ਧੜਿਆਂ ਦਾ ਦਲ ਹੈ, ਉਸ ਧੜਿਆਂ ਦੇ ਦਲ ਵਿੱਚੋਂ ਇੱਕ ਬਾਦਲ ਦਲ ਹੈ ਜਿਹੜਾ ਵੱਡਾ ਧੜਾ ਹੋਣ ਕਰਕੇ ਸੱਤਾ 'ਤੇ ਵੀ ਰਿਹਾ, ਔਰ ਉਸਨੇ ਬੈਠ ਕੇ ਕੌਮ ਦੇ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਦਾ ਲਗਾਤਾਰ ਖਿਲਵਾੜ ਕੀਤਾ ਹੈ, ਕੌਮ ਦੀਆਂ ਭਾਵਨਾ ਨੂੰ ਲਤਾੜਿਆ, ਦੱਬਿਆ, ਅਤੇ ਜਿਹਨੂੰ ਉਹ ਸਾਡੇ ਸਾਹਮਣੇ ਕੌਮ ਦੀ ਪੀੜਾ ਦਾ ਹਿੱਸਾ ਹੈ। ਜਿਹੜਾ ਵਰਤਾਰਾ ਹੁਣ ਵਾਪਰ ਰਿਹਾ ਹੈ, ਉਸੇ ਧੜੇ ਦੇ ਕੁਝ ਲੋਕ ਆਪਣੇ ਆਪੇ ਨੂੰ ਅੱਜ ਗੁਨਾਹਗਾਰ ਦੇ ਤੌਰ 'ਤੇ ਅਕਾਲ ਤਖ਼ਤ 'ਤੇ ਜਾ ਕੇ ਪੇਸ਼ ਕਰਦੇ ਨੇ, ਉੱਥੇ ਮੁਆਫ਼ੀਨਾਮਾ ਦਿੰਦੇ ਨੇ, ਅਤੇ ਉਸ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਅਸਤੀਫਾ ਮੰਗਦੇ ਨੇ ਜਾਂ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਨੇ। ਜੋ ਇਹ ਕਿਉਂ, ਇਹਨਾਂ ਪੰਥ ਦਾ ਦਰਦ ਨਹੀਂ ਹੈਗਾ, ਅੱਜ ਹੀ ਕਿਉਂ ਜਾ ਰਹੇ ਨੇ? ਜੋ ਗਲਤ ਹੋਇਆ, ਜਿਹੜਾ ਤੁਸੀਂ ਉੱਥੇ ਜਾ ਕੇ ਆਪਣੇ ਮਾਫ਼ੀਨਾਮੇ 'ਚ ਦੋਸ਼ ਕਬੂਲਦੇ ਹੋ, ਅਤੇ ਉਹ ਦੋਸ਼ ਤਾਂ ਸਾਰਿਆਂ ਦੇ ਸਾਂਝੇ ਨੇ, ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ? ਅੱਜ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਇਸ ਲਈ ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਮਾਫ਼ੀਨਾਮੇ ਵਿੱਚੋਂ ਲੈ ਕੇ ਲਾਏ ਦੋਸ਼ਾਂ ਨੂੰ ਲੈ ਕੇ ਜਦੋਂ ਸੁਖਬੀਰ ਸਿੰਘ ਨੂੰ ਤਲਬ ਕੀਤਾ ਗਿਆ, ਤਾਂ ਉਹਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ। ਇਹਦਾ ਮਤਲਬ ਹੈ ਕਿ ਉਹ ਦੋਸ਼ੀ ਹੈ, ਅਤੇ ਉਹਦੇ ਬਿਲਕੁਲ ਅਸੀਂ ਆਪ ਕਹਿੰਦੇ ਅਸ਼ਟ ਪੰਦਰਾਂ ਤੋਂ ਕਹਿੰਦੇ ਆ ਰਹੇ ਹਾਂ ਕਿ ਸੌਦਾ ਸਾਧ ਵਾਲਾ ਮਸਲਾ, ਬੇਅਦਬੀ ਦਾ ਮਸਲਾ, ਜਿਸ ਤਰ੍ਹਾਂ ਇਹਨਾਂ ਨੇ ਉਹਨੂੰ ਲੈਣਾ ਚਾਹੀਦਾ ਸੀ ਨਹੀਂ ਲਿਆ, ਜਿਵੇਂ ਸਿੱਖ ਸੰਗਤ ਨੂੰ ਇਹਨਾਂ ਨੇ ਨਿਰਾਸ਼ ਕੀਤਾ, ਉੱਥੇ ਬਰਗਾੜੀ 'ਚ ਕਤਲ ਹੋਏ, ਇਹ ਸਾਰੇ ਇਹਨੇ ਦੋਸ਼ੀ ਨੇ, ਲੋਕ ਪੰਥ ਦੇ ਦੋਸ਼ੀ ਨੇ। ਸੁਖਬੀਰ ਸਿੰਘ ਬਾਦਲ ਕੁਰਸੀ 'ਤੇ ਬੈਠਣ ਦਾ ਕਦਾਚਿਤ ਹੱਕਦਾਰ ਨਹੀਂ ਹੈ, ਉਹਨਾਂ ਬਿਲਕੁਲ ਪਾਸੇ ਹੋ ਜਾਣਾ ਚਾਹੀਦਾ। ਅੱਜ ਅਸੀਂ ਚਾਹਵਾਂਗੇ ਕਿ ਜਹੇਦਾਰ ਜੀ ਨੂੰ ਇਹਨਾਂ ਸਾਰੀ ਲੀਡਰਸ਼ਿਪ ਨੂੰ ਰੱਦ ਕਰ ਦੇਣਾ ਚਾਹੀਦਾ, ਜਿਹੜੇ ਦੋਸ਼ ਆਪਣੇ ਸ਼ਿਕਾਇਤ ਲੈ ਕੇ ਗਏ ਨੇ, ਆਪਣੇ ਨੂੰ ਮਾਫ਼ੀਨਾਮਾ ਲੈ ਕੇ ਗਏ ਨੇ, ਦੂਜੇ ਨੂੰ ਵੀ ਨਵੀਂ ਲੀਡਰਸ਼ਿਪ ਲੱਭਣੀ ਚਾਹੀਦੀ ਹੈ ਨੌਜਵਾਨਾਂ ਵਿੱਚੋਂ, ਜਿਹਦਾ ਕੋਈ ਧੜਾ ਨਾ ਹੋਵੇ, ਜਿਹੜਾ ਪੰਥ ਦੀ ਆਵਾਜ਼ ਨੂੰ ਸਮਝ ਸਕਦਾ ਹੋਵੇ। ਇਸ ਲੀਡਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਾਣ ਦਾ ਕੋਈ ਬੰਦਾ ਨਹੀਂ ਹੈ। ਕੌਮ ਤੋਂ ਰੱਦ ਕੀਤੇ ਹੋਏ ਲੋਕਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਰਪ੍ਰਸਤੀ ਕਰਨ ਦਾ ਜਾਂ ਮਾਣ ਮੱਤੇ ਮੈਂਬਰ ਹੋਣ ਦਾ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ। ਇਹ ਮੌਕਾ ਆ ਗਿਆ ਕਿ ਇਹਨਾਂ ਸਭ ਨੂੰ ਘਰਾਂ 'ਚ ਬਹਿ ਜਾਣਾ ਚਾਹੀਦਾ, ਅਤੇ ਨਵੀਂ ਸਾਡੀ ਆਗੂਆਂ ਦੀ ਜਮਾਤ ਜਿਹੜੀ ਹੈ, ਜਿਹਤੇ ਮਾਣ ਕੀਤਾ ਜਾ ਸਕੇ, ਜਿਹਦੇ ਜਿਹੜੇ ਕੌਮ ਨੂੰ ਸਮਝਦੇ ਹੋਣ, ਵਰਤਮਾਨ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਸਮਝ ਕੇ ਕੌਮ ਦੇ ਵੱਡੇ ਦਰਜੇ ਤੱਕ ਜਾਣ ਦੇ ਲਈ ਕੌਮ ਦੀਆਂ ਮੰਗਾਂ ਨੂੰ ਅੱਗੇ ਰੱਖ ਕੇ ਕੰਮ ਕਰ ਸਕੇ। ਨਹੀਂ ਜੀ ਨਹੀਂ, ਜਿਹੜਾ ਨਵਾਂ ਧੜਾ ਆਏਗਾ ਸਿੱਖ ਸੰਗਤ ਵਿੱਚੋਂ ਆਏਗਾ, ਜਿਨ੍ਹਾਂ ਦਾ ਇਸ ਧੜੇ ਨਾਲ ਕੋਈ ਲੈਣ ਦੇਣ ਨਹੀਂ ਹੋਏਗਾ, ਜਾਂ ਦੂਜੀਆਂ ਧੜਾਂ ਦੀਆਂ ਵੀ ਕੋਈ ਲੈਣ ਦੇਣ ਨਹੀਂ ਹੋਏਗਾ। ਉਹ ਲੋਕ ਜਿਹੜੇ ਧੜਿਆਂ ਤੋਂ ਬਾਹਰ ਬੈਠੇ ਪੰਥ ਦੇ ਆਵਾਜ਼ ਨੇ, ਪੰਥ ਲਈ ਪੀੜਾ ਮਹਿਸੂਸ ਕਰਦੇ ਨੇ, ਪੰਥ ਲਈ ਹੌਕੇ ਲੈਂਦੇ ਨੇ, ਪੰਥ ਵਾਸਤੇ ਉਹਨਾਂ ਦੀਆਂ ਅੱਖਾਂ ਤਰ ਹੁੰਦੀਆਂ ਨੇ, ਉਹ ਸਾਡੇ ਕੋਈ ਘਾਟਾ ਥੋੜ੍ਹੀ, ਇਹ ਥੋੜ੍ਹੀ ਇਹ 500-400 ਬੰਦਾ ਹੀ ਜਿਹੜੇ ਆਗੂ ਨੇ, ਬਾਕੀ ਆਗੂ ਨਹੀਂ ਬਣ ਸਕਦੇ। ਆ ਕੌਮ ਜਿਹਨੂੰ ਚਾਹਵੇ, ਇੱਥੇ ਤਾਂ ਭੂਰੀਆਂ ਵਾਲੇ ਰਾਜੇ ਕੀਤੇ ਵਾਲੀ ਗੱਲ ਹੋ ਸਕਦੀ ਹੈ, ਇਸ ਫਿਰ ਅਸੀਂ ਪੰਥਕ ਨਹੀਂ ਹੈਗੇ ਨਾ, ਫਿਰ ਅਸੀਂ ਪੰਥਕ ਨਹੀਂ ਹਾਂ।
ਇਸੇ ਰਾਜਨੀਤੀ ਵਿੱਚ ਗਿਆਨੀ ਕਰਤਾਰ ਸਿੰਘ ਦਾ ਨਾਮ ਅਸੀਂ ਲੈਂਦੇ ਹਾਂ, ਉਹਨਾਂ ਨੂੰ ਅਸੀਂ ਬੇਤਾਜ ਕੌਮ ਦਾ ਬੜਾ ਦਰਦੀ ਸਿੱਖ ਆਗੂ ਤੌਰ 'ਤੇ ਮੰਨਿਆ ਜਾਂਦਾ ਹੈ, ਦਿਮਾਗ ਕਰਕੇ ਜਾਣਿਆ ਜਾਂਦਾ ਹੈ, ਅਤੇ ਉਹਨਾਂ ਲੋਕਾਂ ਨੇ ਪਦਵੀਆਂ ਨੂੰ ਠੋਕਰਾਂ ਮਾਰਦੇ ਰਹੇ ਨੇ, ਸੱਤਾ ਤੋਂ ਜਦੋਂ ਆਉਂਦੀ ਛੱਡ ਕੇ ਵੀ ਬੱਸੇ ਹੁੰਦੇ ਰਹੇ ਨੇ, ਕੋਈ ਉਹਨਾਂ ਦੀ ਪਕੜ ਨਹੀਂ ਆਉਂਦੀ ਹੁੰਦੀ ਰਹੀ, ਅੱਜ ਕਿਉਂ ਨਹੀਂ ਲੱਗਦਾ ਜੀ? ਅਕਾਲੀ ਦਲ ਦੀ ਸਥਿਤੀ ਕਿਵੇਂ ਦੇਖਦੇ? ਨਹੀਂ, ਮੈਂ ਅਸੀਂ ਦੇਖਦੇ ਜਿਹੜਾ ਅਸਲੀ ਅਕਾਲੀ ਦਲ ਤਾਂ ਖਤਮ ਹੋ ਚੁੱਕਾ ਹੋਇਆ ਜੀ। ਇਹ ਤਾਂ ਧੜਾ ਇੱਕ ਹੈ, ਉਹ ਆਪਣੇ ਧੜੇ ਨੂੰ ਸੱਤਾ ਦੀ ਖਾਤਰ ਇਕੱਠਾ ਰੱਖਣ ਦਾ ਯਤਨ ਕਰਿਆ। ਸ਼੍ਰੋਮਣੀ ਅਕਾਲੀ ਦਲ ਤਾਂ ਇਹਨਾਂ ਨੇ ਮੌਕੇ ਕਾਨਫਰੰਸ ਕਰਕੇ ਮਾਰ ਦਿੱਤਾ ਸੀ, ਜਦੋਂ ਇਹਨਾਂ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ, ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡਾ ਸੰਵਿਧਾਨ ਸੀ ਉਹ ਤੋਂ ਮੂੰਹ ਫੇਰ ਲਿਆ ਸੀ, ਉੱਦਣ ਹੀ ਸਰਦਾਰ ਵੱਡੇ ਬਾਦਲ ਨੇ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ। ਉਹ ਤੋਂ ਬਾਅਦ ਤਾਂ ਭਾਜਪਾਈਆਂ ਨੇ ਜੱਫੀ ਪਾ ਕੇ ਸਦਾ ਭੋਗਣ ਦਾ ਜਿਹੜਾ ਸੁੱਖ ਹੈ ਉਹਨੂੰ ਮਾਣਿਆ ਇਹਨਾਂ ਨੇ, ਅਤੇ ਜਦੋਂ ਹੁਣ ਗੁਨਾਹ ਵੱਡੇ ਕਰ ਲਏ, ਬੇਦਬੀ ਹੋ ਗਈ, ਸੌਦਾ ਸਾਧ ਮਗਰ ਚਲੇ ਗਏ, ਉਹ ਸਜ਼ਾ ਤਾਂ ਭੁਗਤਣੀ ਹੈ ਨਾ ਜੀ, ਇਸ ਕਰਕੇ ਆਪਣੇ ਕੀਤੇ ਦੀ ਸਜ਼ਾ ਪਾ ਰਹੇ ਨੇ, ਅਤੇ ਸਜ਼ਾ ਇਹਨੂੰ ਪਾਉਂਦੇ ਰਹਿਣਾ ਹੈ, ਜੋ ਮਰਜ਼ੀ ਕਰ ਲੈਣ। ਇਹ ਕਦੀ ਸੱਤਾ ਵਾਲੇ ਪਾਸੇ ਨਹੀਂ ਆ ਸਕਦੇ, ਨਾ ਪੰਜਾਬ ਨਾ ਪੰਥ ਇਹਨਾਂ ਨੂੰ ਕਦੀ ਮੂੰਹ ਨਹੀਂ ਲਾਏਗਾ, ਭਾਵੇਂ ਜਿਹੜਾ ਮਰਜ਼ੀ ਕੋਈ ਜਿੰਨਾ ਮਰਜ਼ੀ ਦੁੱਧ ਧੋਤਾ ਬਣ ਕੇ ਸਾਹਮਣੇ ਆ ਜਾਏ।